मेरे तीन गेस्ट आ रहे ने ओ जिसले डोर बैल देन ना दरवाजा खोल दीजिए। बिल्कुल नहीं खोलना। ओना कन टप के आना है ओ जलेडे दे बच्चे ने ओना नु बिल्कुल ना पता लगे कि तीन बंदे असि ऑलरेडी पहले तो इथे रह रहे हैं ते ये कमरा फटाफट साफ करो ते गद्दा चुक के ते गद्दे दे उत्ते मारो ते जिसले आउन ना आसे पासे हो जाना मैं उन्होंने नाल वन टू वन कन्वर्सेशन करनी है। चौधरी साहब जिहड़ा कमरा है ना मैं जिन्ना मर्जी आसे पासे होवां मेरा कोई ना कोई पासा नजर आ जाना है। ओ वड्डे जिवें कहिंदे हुण मन्नी दा फिर कहिंदे बूटा गालां कढ़दा चुक गद्दा आ जा चुक ओ कसमा टिक जा आ टूटियां जला कर थले कर अच्छा अच्छा मकान मालक नु शरीफ बन के मिलीदा है तू रहण दे तू शक्लो शरीफ है पर है नहीं इन्नी वारी बैल नहीं वजाई दी सड़ जाती होंगी है। चौधरी साहब न मिलना जी वजा वो कमरा किराए लेना ही ओ आ जाओ आ जाओ आ जाओ आ जाओ दिस इज द हाउस और इन बिल्कुल अपना घर नहीं समझना फॉलो मी दिस इज द रूम वेयर वी लिव टूगैदर ਤੁਸੀਂ ਕੱਲੇ ਰਹਿੰਦੇ ਇੱਥੇ ਕਿ ਹੋਰ ਵੀ ਕੋਈ ਰਹਿੰਦਾ ਨਹੀਂ ਆ ਕੱਲਾ ਯੂਜੂਲੀ ਆ ਕਿਚਨ ਕਿੱਥੇ ਹੈ ਜੀ ਫਰਸਟ ਲੈਫਟ ਲਾਂਗਰੀ ਨੂੰ ਪੈ ਗਿਆ ਫਿਕਰ ਕਿਚਨ ਦਾ ਹੈ ਨਹੀਂ ਪਰ ਚਾਚਾ ਗਿਆ ਤੇ ਹੈ ਹੀ ਆ ਆ ਜਿੰਦਰਲੀ ਵਾਸ਼ਰੂਮ ਵੀ ਵੇਖ ਆਈ ਜਿੰਦਰ ਕਿਹੜਾ ਤੁਹਾਡੇ ਚੋਂ ਮੈਂ ਤੁਸੀਂ ਵਾਸ਼ਰੂਮ ਚ ਰਹਿਣਾ ਮੋਸਟਲੀ ਲੈ ਬਈ ਕਿਚਨ ਉਹਦੇ ਨਾਲੋਂ ਖੁੱਲਾ ਵੈਸੇ ਵੀ ਚਾਹੋ ਬੰਦੇ ਨੇ ਕਿੰਨਾ ਕੁ ਵਰਤਣਾ ਪਿੱਛੇ ਉਖ ਲੋ ਯਾਰ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਪਿੱਛੇ ਕੋਈ ਹੋਰ ਵੀ ਰਹਿੰਦਾ ਇੱਥੇ ਤੁਸੀਂ ਤੇ ਕਹਿੰਦੇ ਇਕੱਲੇ हां जी ये मेरे नाल पार्टनर है गए ने पार्टनर पार्टनर्स आ जाओ नो प्रॉब्लम ओए तुसी पर्दे दे पीछे सो असी पर्दे दे पीछे बैठ के हिसाब कर रहे सी भाई पैसा ही इन्ना है कल 50,000 पाउंड बैंक च रखाया बैंक ही भूल गया ਉਹ ਯਾਰ ਨਾ ਟੈਨਸ਼ਨ ਲਿਆ ਕਰ ਸਿਰਫ 50,000 ਰੁਪਏ ਦੀ ਟੈਨਸ਼ਨ ਲੈਣ ਦੇ ਉਹ 50,000 ਪਾਉਂਡ ਕਿੰਨਾ ਕੁ ਹੁੰਦਾ ਸਾਡੇ ਕੋਲ ਇੰਨਾ ਪੈਸਾ ਸੋਚਨੇ ਆ ਕਿ ਪੈਸੇ ਦਾ ਕੀ ਕਰੀਏ ਬੈਠੋ 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 ਓ ਇੱਕ ਮਿੰਟ ਪੰਜਾਬ ਤੋਂ ਫੋਨ ਹੈ ਪਾਪਾ ਹੈਲੋ ਪਾਪਾ ਕੈਸੇ ਆ ਠੀਕ ਹੈ ਓ ਨਹੀਂ ਨਹੀਂ ਪਾਪਾ ਤੁਸੀਂ ਓਹੋ ਤੁਸੀਂ ਸਮਝਦੇ ਨਹੀਂ ਮੈਂ ਜੁੰਮੇ ਵਾਲੇ ਦਿਨ ਇਮਰਾਨ ਖਾਨ ਸਾਹਿਬ ਨਾਲ ਖਾਣਾ ਨਹੀਂ ਖਾ ਸਕਦਾ ਇਹਨੇ ਤੁਹਾਡੀ ਨਹੀਂ ਮੰਨੀ ਮੇਰੀ ਗੱਲ ਕਰਾਓ ਹੈਲੋ ਚਾਚਾ ਜੀ ਇਹ ਜੁੰਮੇ ਵਾਲੇ ਦਿਨ ਖਾਣਾ ਨਹੀਂ ਖਾ ਸਕਦਾ ਇਹਨੇ ਇੱਥੇ ਜੁੱਤੀਆਂ ਖਾਣੀਆਂ ਨੇ ਚਾਚਾ ਜੀ ਹੱਸ ਪਏ ਨੇ ਓ ਯਾਰ ਨਾ ਕਰਿਆ ਕਰ ਹੈਲੋ ਹਾਂ ਪਾਪਾ ਚਲੋ ਬਾਅਦ ਮੈਂ ਬਾਤ ਕਰਾਂਗੇ ਬਿਜ਼ਨਸ ਮੀਟਿੰਗ ਹੋ ਰਹੀ ਹੈ ਇੱਕ ਐ ਬੰਦ ਕਰੋ ਚਲੋ ਨਾ ਕਰੋ ਤੁਸੀਂ ਵੀ ਸੁਣ ਲਓ ਬੈਲੈਂਸ ਹੀ ਨਾ ਜ਼ਾਇਆ ਹੋ ਜਾਏਗਾ 1,500 ਦਾ ਕੋਈ ਗੱਲ ਨਹੀਂ ਯਾਰ ਮੇਰੀ ਗੱਲ ਸੁਣ ਇੱਕ ਮੁੰਡਾ ਨਾ ਰੱਖ ਲਈ ਘਰੇ 'ਚ ਹਾਂ ਯਾਰ ਕੋਈ ਮਾੜਾ ਜਿਹਾ ਬੰਦਾ ਵੇਖ ਕੇ ਨਾ ਉਹਨੂੰ ਕੋਈ 10,000-15,000 ਪਾਉਂਡ ਦੇ ਦਿਆ ਕਰਾਂਗੇ ਆਹੋ ਨਾਲੇ ਗਰੀਬ ਦਾ ਭਲਾ ਹੋ ਜਾਏ ਬਈ ਪੈਸਾ ਹੈ ਜੂ ਇੰਨਾ ਕੀ ਹੋਇਆ ਓ ਯਾਰ ਕੀ ਹੋਇਆ ਭਾਜੀ ਮੇਰੇ ਨਾ 5 ਪਾਉਂਡ ਹੀ ਪਤਾ ਨਹੀਂ ਕਿੱਥੇ ਸੁੱਟ ਲਏ ਸੁੱਟ ਲਏ ਇੱਥੇ ਹਾਂ ਇਹ ਹੁਣ ਇਸ ਕਮਰੇ 'ਚ ਹਾਂਜੀ ਇੱਕ ਮਿੰਟ ਭਾਜੀ ਇੱਕ ਮਿੰਟ ਇਹ ਲੱਭ ਜਾਂਦੇ ਨੇ ਅਸੀਂ ਹੈ ਨਾ ਬੜੇ ਲਾਪਰਵਾਹ ਬੰਦੇ ਹੋ ਪੈਸੇ ਹੀ ਦੇਖ ਦਿੰਦੇ ਹੋ ਇੱਥੇ ਹੀ ਹੋਣੇ ਈਜ਼ੀ ਹੋ ਜਾਓ ਓ ਭਾਈ ਉੱਠ ਇੱਥੋਂ ਉੱਠ ਯਾਰ ਯਾ ਲਾ ਲੱਭ ਜਾਨ ਉੱਠੋ ਭਾਜੀ ਮੈਨੂੰ ਤੁਹਾਡੇ ਤੇ ਸ਼ੱਕ ਕੇ ਇੱਥੇ ਬੈਠੇ ਸਨ ਇੱਥੇ ਹੋਣੇ ਨੇ ਇੱਥੇ ਵੇਖੋ ਹੋਣੇ ਲੱਭ ਜਾਣੇ ਨੇ ਮੈਨੂੰ ਭਾਜੀ ਜਦੋਂ 5 ਪਾਉਂਡ ਲੱਭ ਗਿਆ ਨਾ ਤੁਸੀਂ 1 ਪਾਉਂਡ ਮੈਨੂੰ ਦੇਣਾ ਹਾਂਜੀ ਹਾਂਜੀ ਹੁਣੇ ਲੱਭ ਲੈਂਦੇ ਆ ਵੀਰੇ ਤੁਸੀਂ ਇਹਨਾਂ ਸਾਰਿਆਂ ਨੂੰ ਲੈ ਕੇ ਜ਼ਰਾ ਬਾਹਰ ਕੰਪਨੀ ਦਿਓ ਮੈਂ ਕਮਰੇ ਦੀ ਜ਼ਰਾ ਸਫਾਈ ਕਰ ਲਾਂ ਹੈ ਜਦੋਂ ਸਫਾਈ ਕਰ ਲੇਗਾ ਨਾ ਅੱਧੀ ਅੱਧੀ ਸਫਾਈ ਹੋਏਗੀ ਲੱਭ ਜਾਣਗੇ ਦੇਖੋ ਜੀ ਤੁਸੀਂ ਵਿਰਾਓ ਕੋਈ ਐਸੀ ਗੱਲ ਨਹੀਂ ਹੈ ਕਿਰਾਇਆ ਟਾਈਮ ਤੇ ਦੇਣਾ ਨੇ ਹੈ ਠੀਕ ਹੈ ਜੀ ਡੀਲ ਡਨ ਡਨ ਲਿਆਓ ਫਿਰ ਆਪਣਾ ਸਮਾਨ ਤੇ ਲਾਓ ਮਹਿਫਲ